ਸਤਿ ਸ਼੍ਰੀ ਅਕਾਲ ਪੰਜਾਬ ਸਿੰਘ ਦੇ ਚੈਨਲ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਜੀ ਤੇ ਅੱਜ ਆਪਾਂ ਜਿਹੜੀ ਇੱਕ ਪਹਿਲਾਂ ਵੀਡੀਓ ਪਾਈ ਸੀ ਉਹਦਾ ਦੂਜਾ ਹਿੱਸਾ ਜਿਹੜੀਆਂ ਖਾਸ ਕਹਾਣੀਆਂ ਦੇ ਵਿੱਚ ਥੋੜੀ ਜੀ ਜਾਣ ਪਛਾਣ ਦੇ ਢਾਂਗ ਨਾਲ ਆਪਾਂ ਕਰਵਾਵਾਂਗੇ ਤੁਹਾਨੂੰ ਉਹਨਾਂ ਦੇ ਪਾਤਰ ਵਿਸਵਸਤੂ ਤੇ ਇੱਕ ਵੀਡੀਓ ਪਹਿਲਾਂ ਪਾਈ ਸੀ ਉਹ ਜ਼ਰੂਰ ਦੇਖਿਓ ਵੈਸੇ ਤਾਂ ਕਾਫੀ ਵੀਡੀਓ ਨੇ ਪਰ ਇਹ ਉਹਦਾ ਦੂਜਾ ਹਿੱਸਾ ਹੈ ਠੀਕ ਹੈ ਨਾ ਜੀ ਅੱਜ ਆਪਾਂ ਜੇ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਸੁਜਾਨ ਸਿੰਘ ਦੀ ਇੱਕ ਕਹਾਣੀ ਆ ਖੋਲ ਖੋਲ ਯਾਦ ਰੱਖਿਓ ਡਰਨਾ ਨਹੀਂ ਹੈ ਤੇ ਦੇਖੋਗੇ ਸਕਰੀਨ ਤੇ ਆ ਗਿਆ ਉਹ ਤੁਹਾਡੇ ਸਾਹਮਣੇ ਅ ਹੁਣ ਉਹਦੇ ਵਿੱਚ ਜਿਹੜਾ ਪ੍ਰਗਤੀਵਾਦੀ ਤੇ ਸਮਾਜਵਾਦੀ ਦ੍ਰਿਸ਼ਟੀਕੋਣ ਦਿੱਤਾ ਗਿਆ ਜੀ ਦੇਖੋ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਵੀਡੀਓ ਨੂੰ ਪੂਰਾ ਤੇ ਸੁਣ ਲਓ ਧਿਆਨ ਨਾਲ ਦੇਖ ਲਓ ਜੇ ਤੁਹਾਨੂੰ ਲੱਗੇ ਕਿ ਤੁਹਾਡੇ ਕੰਮ ਆ ਰਹੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਸੋਜਾਨ ਸਿੰਘ ਦੀ ਖੂਨ ਕਹਾਣੀਆਂ ਜੀ ਪ੍ਰਗਤੀਵਾਦੀ ਤੇ ਸਮਾਜਵਾਦੀ ਦ੍ਰਿਸ਼ਟੀਕੋਣ ਤੇ ਅੱਗੇ ਗੱਲ ਕਰਦੇ ਹਾਂ ਜੀ ਉਸੀ ਨੌਰੰਗ ਸਿੰਘ ਦੀ ਨੌਰੰਗ ਸਿੰਘ ਦੀ ਮੁਰਕੀਆਂ ਜ਼ਰੂਰ ਪੜ੍ਹੀ ਹੋਣੀਆਂ ਤੁਸੀਂ ਜੇ ਪੜਾਈ ਹੋਣੀਆਂ ਅਰੀ ਮੂੰਹ ਤੇ ਕਰੀਮੂ ਭਰਾ ਨੇ ਦੇ ਵਿੱਚ ਜ਼ਿੰਦਗੀ ਤੋਂ ਭਗੋੜੇ ਨੇ ਹੋ ਮਾਂ ਦੀਆਂ ਮੁਰਕੀਆਂ ਦੀ ਗੱਲ ਹੁੰਦੀ ਹੈ ਦੇ ਵਿੱਚ ਮੁਰਕੀਆਂ ਸਰਲੇਖ ਵੜਾ ਖੂਸੂਰਤਾ ਤੇ ਉਹ ਕਿਸ ਤਰੀਕੇ ਨਾਲ ਜ਼ਿੰਦਗੀ ਤੋਂ ਭੱਜਦੇ ਨੇ ਪਰ ਜ਼ਿੰਦਗੀ ਦੇ ਵਿੱਚ ਜਿਹੜਾ ਵੀ ਜਦੋਂ ਮਾਂ ਦੀਆਂ ਮੁਰਕੀਆਂ ਦੀ ਗੱਲ ਕਰਦੇ ਆ ਨਾ ਕਿਉਂਕਿ ਥੋੜੀ ਜਿਹੀ ਬੇ ਲੜਕੇ ਲੋ ਜਿਸ ਤਰੀਕੇ ਨਾਲ ਵੀ ਕਹਾਣੀ ਦੇ ਪਾਤਰ ਕਹਾਣੀ ਦੇ ਮੁਤਾਬਕ ਚਲੋ ਜਿਆਦਾ ਨਹੀਂ ਆਪਾਂ ਵਿਸਥਾਰ ਚ ਜਾਵਾਂਗੇ ਹਨ ਫਿਰ ਸਾਡੇ ਕੁਝ ਮੈਂਬਰ ਇਹ ਕਹਿੰਦਿਆ ਕਿ ਜੀ ਜਿਆਦਾ ਗੱਲ ਕਰਦੇ ਨਹੀਂ ਉਹ ਗੱਲ ਜਿਆਦਾ ਹੋ ਜਾਂਦੀ ਹੈ ਤੇ ਪਰ ਜ਼ਰੂਰੀ ਸੀ ਸੰਤੋਖ ਸਿੰਘ ਧੀਰ ਇਹ ਵੀ ਨਾਮ ਸੁਣਿਆ ਹੋਣਾ ਜਾਣਦੇ ਹੋਮਗੇ ਸੰਤੋਖ ਸਿੰਘ ਧੀਰ ਕੋਈ ਇੱਕ ਸਵਾਰ ਕੋਈ ਇੱਕ ਸਵਾਰ ਕਹਾਣੀ ਦੀ ਗੱਲ ਕਰਦੇ ਆਂ ਬਾਰੂ ਤਾਂਗੇ ਵਾਲਾ ਉਹਦੇ ਵਿੱਚ ਅਸਲ ਦੀ ਵਿੱਚ ਜਿਹੜਾ ਬਾਰੂ ਤਾਂਗੇ ਵਾਲਾ ਇੱਕ ਹੋ ਇੱਕ ਹੋਰ ਇੱਕ ਕੋਈ ਇੱਕ ਸਵਾਰ ਮਤਲਬ ਸਵਾਰੀ ਦੀ ਜਿਹੜੀ ਕਰਦਾ ਹੋ ਸਵਾਰੀ ਦੀ ਵੀਡੀਓ ਕਿਤੇ ਵਿੱਚ ਅ ਅਸਲ ਦੇ ਵਿੱਚ ਇਹਦਾ ਜੇ ਅਸੀਂ ਗੱਲ ਕਰੀਏ ਤਾਂ ਨਿਰਾਸ਼ਾ ਦੇ ਵਿਰੁੱਧ ਮਨੁੱਖ ਦਾ ਅਨਤਕ ਅਨਤਕ ਤਕ ਕੋਲ ਬੇਸਕੇ ਤਾ ਗਿਆ ਬਾਰੂ ਤਾਂਗੇ ਵਾਲੇ ਦੇ ਰਾਹੀਂ ਕਿਸ ਤਰੀਕੇ ਨਾਲ ਉਹ ਜ਼ਿੰਦਗੀ ਤੋਂ ਨਿਰਾਸ਼ ਨਹੀਂ ਹੁੰਦਾ ਬੇਸਿਕੋ ਕੁਝ ਸਮੇਂ ਲਈ ਥੋੜੀ ਜਿਹੀ ਨਰਾਸ਼ਾ ਹੁੰਦੀ ਆ ਪਰ ਉਹਦੇ ਵਿਰੁੱਧ ਜਾਨੀ ਕਿ ਉਹ ਕੋਲ ਕਰਦਾ ਰਹਿੰਦਾ ਕਹਾਂਗੇ ਆਪਾਂ ਕਿ ਜਿਹੜਾ ਕਿ ਅਨਤਕ ਕੋਲ ਕਰਦਾ ਰਹਿੰਦਾ ਨਿਰਾਸ਼ਾ ਦੇ ਵਿਰੁੱਧ ਮਨੁੱਖ ਦਾ ਜਿਹੜਾ ਅੰਤਕ ਕੋਲ ਉਹ ਵਾਰੂ ਤਾਂਗੇ ਵਾਲੇ ਦੇ ਰਾਹੀਂ ਕੋਈ ਇੱਕ ਸਵਾਰ ਕਹਾਣੀ ਦੇ ਵਿੱਚ ਸੰਤੋਖ ਸਿੰਘ ਧੀਰ ਨੇ ਜੀ ਆ ਸਾਡੇ ਸਾਹਮਣੇ ਬੀਸ ਕੀਤਾ ਨਾਮ ਦੇਖੋਗੇ ਮੋਹਨ ਸਿੰਘ دیਵਾਨਾ ਇਹਦੀ ਆਪਾਂ ਗੱਲ ਨਹੀਂ ਕਰਨੀ ਕਿਉਂਕਿ ਰੂਪ ਵੱਡਾ ਕਿ ਰੱਬ ਕਹਾਣੀ ਵੈਸੇ ਯਾਦ ਰੱਖ ਲਿਓ ਨੱਟ ਵਾਲਿਆਂ ਦੇ ਕੰਮ ਆ ਜਾਂਦੀ ਹੈ ਤੇ ਪਰ ਅਸੀਂ ਕਰਤਾਰ ਸਿੰਘ ਦੁੱਗਲ ਦੀ ਗੱਲ ਕਰਨੀ ਇੱਥੇ ਕਰਤਾਰ ਸਿੰਘ ਦੁੱਗਲ ਕਿਉਂ ਉਹੀ ਕਿਉਂ ਕਹਾਣੀਆਂ ਕਿਉਂ ਉਹੀ ਕਿਉਂ ਤੇ ਇਹਦੇ ਵਿੱਚੜਾ ਆਧੁਨਿਕ ਰੂਪ ਇਸ ਕੀਤਾਗਾ ਮਨੁੱਖ ਵਿਗਿਆਨਿਕ ਪੱਖ ਤੋਂ ਤੇ ਜਿਵੇਂ ਕਿ ਮੋਹਨ ਸਿੰਘ دیਵਾਨਾ ਦੀ ਜਿਹੜੀ ਕਹਾਣੀ ਰੂਪ ਵੱਡਾ ਕਿ ਰੱਬ ਦੇ ਵਿੱਚ ਗੱਲ ਕੀਤੀ ਸੀਗੀ ਉਸੇ ਨੂੰ ਲੈ ਕੇ ਹਾਂਜੀ ਉਸੇ ਨੂੰ ਲੈ ਕੇ ਠੀਕ ਹੈ ਗੱਲ ਹੋਈ ਸੀ ਆਪਣੀ ਤੇ ਇਹਨੂੰ ਬਸ ਬਸ ਨਾਮ ਯਾਦ ਰੱਖ ਲਓ ਇੱਥੇ ਸਿਰਫ ਇਹ ਨਹੀਂ ਗੱਲ ਯਾਦ ਰੱਖਣੀ ਹੈ ਤੁਸੀਂ ਗੱਲ ਜਿਹੜੀ ਆਪਾਂ ਥੋੜੀ ਜੀ ਵਿਸਥਾਰ ਚ ਕਰਨੀ ਹੋ ਜੀ ਵਿਰਖ ਕੁਲਵੰਤ ਸਿੰਘ ਵਿਰਖ ਕੁਲਵੰਤ ਸਿੰਘ ਵਿਰਖ ਦੀ ਕਹਾਣੀ ਪੜੀ ਹੋਵੇਗੀ ਨਮਸਕਾਰ ਇਹ ਨਹੀਂ ਪੜੀ ਤਾਂ ਜ਼ਰੂਰ ਪੜਿਓ ਜੀ। ਨਮਸਕਾਰ ਦੇ ਵਿੱਚ ਗੱਲ ਕੀਤੀ ਆ ਥੋੜਾ ਜਿਹਾ ਧਿਆਨ ਨਾਲ ਸੁਣ ਲਿਓ ਸਮਝ ਲਿਓ। ਅਸਲ ਦੇ ਵਿੱਚ ਮਨੁੱਖੀ ਰਿਸ਼ਤੇ ਆ ਜਿਹੜੇ ਯਾਤ, ਜਨਮ, ਮੁਲਕਾਂ ਦੀਆਂ ਹੱਦਾਂ ਤੋਂ ਅੱਗੇ ਨੇ। ਇਹ ਗੱਲ ਇਹਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਮਨੁੱਖ ਦੇ ਕੱਦ ਦਾ ਪਤਾ ਉਹਦੇ ਕਰਮਾਂ ਤੋਂ ਲੱਗਦਾ ਹੈ। ਇਹ ਗੱਲ ਵੀ ਦੇ ਵਿੱਚ ਇੱਕ ਬਹੁਤ ਖਾਸ ਹੈ। ਕੋਲਕ ਸਿੰਘ ਦੀ ਨਮਸਕਾਰ ਕਹਾਣੀ ਦੇ ਵਿੱਚ ਕਹਾਣੀ ਕੀ ਆ ਉਹਦੇ ਬਾਰੇ ਥੋੜਾ ਜਿਹਾ ਦੱਸਾਂਗੇ ਆਪਾਂ ਵਾਕਈ ਤੁਸੀਂ ਪੜਿਓ ਜ਼ਰੂਰ। ਮਨੁੱਖ ਦੇ ਕੱਦ ਦਾ ਪਤਾ ਉਹਦੇ ਕਰਮਾ ਤੋਂ ਲੱਗਦਾ ਇਹ ਕਰਵਨ ਸਿੰਘ ਵਿਰਕ ਨਮਸਕਾਰ ਕਹਾਣੀ ਦੇ ਰਹੀ ਸਾਨੂੰ ਦੱਸਦਾਗਾ ਤੇ ਇੱਕ ਡਾਕਟਰ ਹੈ ਡਾਕਟਰ ਇਹਦੇ ਵਿੱਚ ਪਿੰਡ ਦੇ ਵਿੱਚ ਆ ਕੇ ਉਹ ਕੰਮ ਕਰਦੇ ਤੇ ਉਹਦੇ ਵਿੱਚ ਇੱਕ ਪਾਤਰ ਹੈ ਅੰਗਰੇਜ਼ ਪਾਤਰ ਮਲਿੰਗਟਨ ਮਲਿੰਗਟਨ ਪਾਤਰ ਦਾ ਨਾਮ ਹੈ ਅੰਗਰੇਜ਼ ਪਾਤਰ ਦਾ ਨਾਮ ਮਲਿੰਗਟਨ ਸੌਣ ਲਿਓ ਤੇ ਆ ਨਾਮ ਲਿਖਣ ਦੇ ਵਿੱਚ ਥੋੜੀ ਬਹੁਤੀ ਜਾਂ ਬੋਲਣ ਦੇ ਵਿੱਚ ਫਰਕ ਰਹਿ ਗਿਆ ਹੋਣਾ ਅਸਲ ਦੇ ਵਿੱਚ ਉਹੀ ਪਾਤਰ ਹੈ ਜਿਹੜਾ ਮੁਲਕ ਦੀਆਂ ਹੱਦਾਂ ਤੋਂ ਅੱਗੇ ਆਉਂਦਾ ਹੈ ਇਸ ਕਹਾਣੀ ਦੇ ਵਿੱਚ ਅੰਗਰੇਜ਼ ਉਹ ਜਿਹੜਾ ਆਪਾਂ ਕਹਿੰਦੇ ਆ ਪਾਤਰ ਜਿਹੜਾ ਕਿ ਜ਼ਿੰਦਗੀ ਵਿੱਚ ਕਿਸੇ ਨੂੰ ਨਮਸਕਾਰ ਹੀ ਨਹੀਂ ਕਰਦਾ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜੋ ਬੱਚਿਆਂ ਨੂੰ ਵੀ ਨਮਸਕਾਰ ਨਹੀਂ ਕਰਦਾ ਪਰ ਉਹ ਤਿਆਗ ਦੀ ਕਦਰ ਕਰਦਾ ਸਭ ਤੋਂ ਵੱਡੀ ਕਦਰ ਕਰਦਾ ਤਿਆਗ ਦੀ ਕਿਹੜੀ ਤਿਆਗ ਦੀ ਜਿਹੜਾ ਉਹ ਡਾਕਟਰ ਜਿਹੜਾ ਪਿੰਡ ਦੇ ਵਿੱਚ ਜਿਹੜੀ ਡਾਕਟਰ ਆਉਂਦੀ ਹੈ ਉਹ ਪਿੰਡ ਦੇ ਵਿੱਚ ਆ ਕੇ ਜਿਹੜੀ ਡਾਕਟਰੀ ਦੀ ਸੇਵਾ ਭਾਵਨਾ ਦਾ ਉਹ ਚੀਜ਼ ਦਾ ਜਿਹੜਾ ਤਿਆਗ ਆ ਉਸ ਚੀਜ਼ ਦੀ ਕਦਰ ਕਰਦਾ ਹੋ ਸਭ ਤੋਂ ਵੱਡੀ ਕਦਰ ਤੇ ਉਹ ਫਿਰ ਉਸੇ ਨੂੰ ਨਮਸਕਾਰ ਕਰਦਾਗਾ ਮਨੁੱਖੀ ਰਿਸ਼ਤੇ ਜਾਤ ਜਨ ਮੁਲਕ ਦੀਆਂ ਹੱਦਾਂ ਤੋਂ ਅੱਗੇ ਨੇ ਜਿਹੜਾ ਅੰਗਰੇਜ਼ ਪਾਤਰ ਹੈ ਮਨਿੰਗਟਨ ਉਹ ਇਸ ਚੀਜ਼ ਨੂੰ ਅੱਗੇ ਲੈ ਕੇ ਆਉਂਦਾਗਾ ਤੇ ਉਹ ਇਸ ਚੀਜ਼ ਦੀ ਕਦਰ ਕਰਦਾਗਾ ਤਿਆਗ ਦੀ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਖਾਸ ਇਹ ਆ ਤੇ ਨਮਸਕਾਰ ਇਹਦਾ ਸਰਲਿਕਾਤ ਮਤਲਬ ਵੀ ਨਮਸਕਾਰ ਹੀ ਆ ਤੇ ਉਸੇ ਨੂੰ ਨਮਸਕਾਰ ਕਰਦਾ ਕਿਹੜੀ ਚੀਜ਼ ਨੂੰ ਜੀ ਤਿਆਗ ਨੂੰ ਇਨਸਾਨ ਜਦੋਂ ਵਾਕੀ ਲਾਲਚਾਂ ਨੂੰ ਛੱਡ ਕੇ ਸਿਰਫ ਸੇਵਾ ਭਾਵਨਾ ਦੇ ਨਾਲ ਕੰਮ ਕਰਦਾ ਉਸ ਚੀਜ਼ ਨੂੰ ਉਹ ਨਮਸਕਾਰ ਕਰਦਾ ਮਨੁੱਖ ਦੇ ਕਦ ਦਾ ਉਹਦੇ ਕਰਮਾਂ ਤੋਂ ਪਤਾ ਲੱਗਦਾ ਇਹ ਵੀ ਕੁਲਵੰਤ ਸਿੰਘ ਦੀ ਵਿਰਕ ਦੀ ਨਮਸਕਾਰ ਕਹਾਣੀ ਦੇ ਵਿੱਚ ਪ੍ਰਸ਼ਨ ਵੜ ਸਕਦਾ ਇਸ ਤਰੀਕੇ ਨਾਲ ਮਨੁੱਖ ਦੇ ਕਦ ਦਾ ਪਤਾ ਉਹਦੇ ਕਰਮਾਂ ਤੋਂ ਲੱਗਦਾ ਹੈ ਇਸ ਕਹਾਣੀ ਦੇ ਵਿੱਚ ਕਿਸ ਕਹਾਣੀਕਾਰ ਨੇ ਇਹ ਗੱਲ ਕਹੀ ਆ ਇਸ ਤਰੀਕੇ ਨਾਲ ਕੋਈ ਵੀ ਪ੍ਰਸ਼ਨ ਮਾਰ ਸਕਦਾ ਕਹਾਣੀ ਵੀ ਯਾਦ ਰੱਖਿਓ ਨਮਸਕਾਰ ਤੇ ਕਹਾਣੀਕਾਰ ਦਾ ਨਾਮ ਵੀ ਯਾਦ ਰੱਖਿਓ ਕੁਲਵੰਤ ਸਿੰਘ ਵਿਰਕ ਸਵਾਲ ਇਹਦੇ ਵਿੱਚ ਘੱਟੋ ਘੱਟ ਪੰਜ ਸੱਤ ਸਵਾਲ ਹੈਗੇ ਨੇ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਦੇ ਵਿੱਚ ਵਿੱਚ ਪੰਜ ਸੱਤ ਥੋੜਾ ਜਿਹਾ ਆਪਣੇ ਦਿਮਾਗ ਨਾਲ ਬਣਾਉਣ ਦੀ ਕੋਸ਼ਿਸ਼ ਕਰੋ ਚਲੋ ਅੱਜ ਥੋੜੀ ਜਿਹੀ ਨਹੀਂ ਕਾ ਹਾਜ਼ਰੀ ਦੁਬਾਰਾ ਤੋਂ 2-4 ਦਿਨਾਂ ਬਾਅਦ ਵੀਡੀਓ ਲੈ ਕੇ ਆਇਆ ਪਰ ਹੁਣ ਕਰਾਂਗੇ ਟਰਾਈ ਆਪਣੇ ਵੱਲੋਂ ਕੇ ਵੀਡੀਓ ਲੈ ਕੇ ਹੁੰਦੇ ਰਹੀਏ ਜਿੰਨੀਆਂ ਕੋ ਹੋ ਸਕੀਆਂ ਹਨ ਜਿਸ ਤਰੀਕੇ ਨਾਲ ਬਣਦੀਆਂ ਨਹੀਂ ਸਬ ਬਣਦਾ ਰਿਹਾ ਦੇਖੋ ਮਨ ਕਰੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈ ਜੇ ਤੁਹਾਨੂੰ ਲੱਗੇ ਚੈਨਲ ਨਾਲ ਜੁੜਨਾ ਚਾਹੀਦਾ ਲਾਈਕ ਕਮੈਂਟ ਕਰਨਾ ਤੁਹਾਡੀ ਮਰਜ਼ੀ ਹਾਜ਼ਰਦੇਵਾ ਰਹੋ ਰੱਬ ਰੱਖਾ